ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਉਹ ਜੰਮ ਕੇ ਸ਼੍ਰੋਮਣੀ ਅਕਾਲੀ ਦਲ ਤੇ ਬਰਸੇ। ਉਹਨਾਂ ਕਿਹਾ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ ਦੀ ਲੜਾਈ ਉਹਨਾਂ ਬਾਦਲਾਂ ਦੇ ਖਿਲਾਫ ਹੈ। ਸਰਨਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਲਈ ਪੰਜਾਬ ਵਿੱਚ ਜਿੱਥੇ ਲੋੜ ਪਈ ਉੱਥੇ ਪ੍ਰਚਾਰ ਕਰਨਗੇ। ਦਿੱਲੀ ਤੋਂ ਔਰ ਲੁਧਿਆਣੇ ਤੋਂ ਆਪਣੇ ਸਾਥੀਆਂ ਸਮੇਤ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨ ਆਇਆ ਵਾਂ ਕਿ 19 ਮਈ ਦੀਆਂ ਚੋਣਾਂ ਦੇ ਵਿੱਚ ਬਾਦਲ ਦਲ ਨੂੰ ਹਰ ਹਲਕੇ 'ਚੋਂ ਔਰ ਬਾਦਲ ਦਲ ਦੇ ਜਿਹੜੇ ਸਹਿਯੋਗੀ ਹੈਗੇ BJP ਨੂੰ, ਜਿਹੜੀ BJP ਅਤੇ ਜਿਹੜੀ ਮੋਦੀ ਪਾਰਟੀ ਬਣ ਗਈ ਹੈ, ਉਹਨਾਂ ਨੂੰ ਬੁਰੀ ਤਰ੍ਹਾਂ ਸਪਸ਼ਟ ਦੇਣੀ ਚਾਹੀਦੀ ਹੈ। ਜਿਸ ਤਰ੍ਹਾਂ ਬਾਦਲ ਸਰਕਾਰ ਨੇ ਅਕਾਲੀ ਦਲ ਨੇ 2017 ਦੀਆਂ ਚੋਣਾਂ ਜਿੱਤਣ ਦੇ ਲਈ ਡੇਰਾ ਸਾਹ ਦੇ ਨਾਲ ਸਮਝੌਤੇ ਕੀਤੇ, ਉਹਨਾਂ ਨੂੰ ਮਾਫੀਆਂ ਨਹੀਂ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਰੱਜ ਕੇ ਬੇਅਦਬੀ ਕਰਾਈ, ਪੱਤਰੇ ਰੋਲੇ ਗਏ, ਗਲੀਆਂ ਸੁੱਟੇ ਗਏ, ਬੇਦੋਸ਼ੇ ਸਿੱਖਾਂ ਦੇ ਜਿਹੜੇ ਰੋਸ ਕਰ ਰਹੇ ਸਨ ਉਹਨਾਂ ਨੂੰ ਸਵੇਰੇ 6 ਵਜੇ ਨਾਲ ਲਾਠੀ ਚਾਰ ਕੀਤਾ ਗਿਆ, ਗੋਲੀਆਂ ਨਾਲ ਭੁੰਨਿਆ ਗਿਆ, ਸ਼ਹੀਦ ਕੀਤਾ ਗਿਆ। ਇਸ ਪਾਰਟੀ ਨੂੰ ਨਿਰਤ ਨਬੂਤ ਕਰਨ ਲਈ ਇਹਨਾਂ ਸਾਰਿਆਂ ਦੀਆਂ ਜਮਾਨਤਾਂ ਸਣੇ ਸੁਖਬੀਰ ਸਣੇ ਸਿਮਰਤ ਕੌਰ ਸਣੇ ਮਹੇਸ਼ਿੰਦਰ ਸਿੰਘ ਫਲਾਣਾ ਸਿੰਘ ਸਭ ਦੀਆਂ ਜਮਾਨਤਾਂ ਜਬਤ ਹੋਣੀਆਂ ਚਾਹੀਦੀਆਂ। ਜ਼ਰੂਰ ਕਰਾਂਗਾ ਜੀ, ਮੈਂ ਜਿੱਥੇ ਜਿੱਥੇ ਕੋਈ ਮੈਨੂੰ ਬੁਲਾਏਗਾ ਮੈਂ ਜ਼ਰੂਰ ਜਾਵਾਂਗਾ। ਮੈਂ ਅੱਜ ਪਟਿਆਲੇ ਜਾ ਰਿਹਾ, ਹੋਰ ਕਿੱਥੇ ਵੀ ਜਾਣਾ ਪਏਗਾ ਜਾਵਾਂਗਾ। ਇਸ ਮੌਕੇ ਸਰਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ ਅਤੇ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਆਪਣੀ ਭੜਾਸ ਕੱਢੀ। ਨੈਸ਼ਨਲ ਲੈਵਲ ਦੇ ਉੱਤੇ ਮੋਦੀ ਦੀ ਸਰਕਾਰ ਨੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਹਿੰਦੁਸਤਾਨ ਵਾਸਤੇ ਕੋਈ ਕੰਮ ਨਹੀਂ ਕੀਤਾ। ਇਹ ਜਿਹੜੀਆਂ 10 ਰਹਿਣ ਕੇ ਮੇਰੇ ਆਉਣ ਦੇ ਨਾਲ ਹਿੰਦੁਸਤਾਨ ਦੀਆਂ ਸਰਹੱਦਾਂ ਸੁਰੱਖਿਅਤ ਰਹਿਣਗੀਆਂ, ਫਲਾਣ ਰਹਿਣਗੀਆਂ, ਮੈਂ ਕਹਿ ਰਿਹਾ ਕਿ ਹਿੰਦੁਸਤਾਨ ਦੀਆਂ ਸਰਹੱਦਾਂ ਜਦ ਤੱਕ ਪੰਜਾਬ ਬੈਠਾ ਹੈ ਇਹਨਾਂ ਨੂੰ ਡਰਨ ਦੀ ਲੋੜ ਨਹੀਂ, ਸਾਡੀਆਂ ਸਰਹੱਦਾਂ ਸੁਰੱਖਿਅਤ ਹੈਗੀਆਂ। ਹਿੰਦੁਸਤਾਨ ਵੱਲ ਕੋਈ ਦੁਨੀਆਂ ਦੀ ਤਾਕਤ ਅੱਕ ਕਰਕੇ ਨਹੀਂ ਦੇ ਸਕਦੀ। 1984 ਸਿੱਖ ਨਸਲਕੁਸ਼ੀ 'ਚ ਕਾਂਗਰਸ ਦਾ ਹੱਥ ਹੋਣ ਸੰਬੰਧੀ ਪੁੱਛੇ ਗਏ ਸਵਾਲਾਂ 'ਤੇ ਉਹਨਾਂ ਕਿਹਾ ਕਿ 84 ਦਾ ਮੁੱਦਾ ਵੀ ਬਾਦਲਾਂ ਵੱਲੋਂ ਕੀਤੀ ਗਈ ਬੇਅਦਬੀ ਦੇ ਸਾਹਮਣੇ ਛੋਟਾ ਪੈ ਗਿਆ ਹੈ। ਜ਼ਿੰਮੇਵਾਰ ਹੈ ਜੀ, ਅਸੀਂ ਵੀ ਕਲਪਰੇਟ ਸਾਂ ਉਹਨਾਂ ਦੇ, ਚਲੋ ਸਾਡਾ ਸਰੀਰ ਨਹੀਂ ਗਿਆ ਪਰ 47 ਤੋਂ ਬਾਅਦ ਸਾਡਾ 84 ਬਣਿਆ ਹੈ ਜੀ। ਪਰ ਮੈਂ ਇਹ ਸਮਝਦਾ ਸਿੱਖ ਅਤੇ ਗੁਰੂ ਵਾਸਤੇ ਜਾਨ ਦੇਣ ਵਾਸਤੇ ਵੇ, ਲੱਖਾਂ ਸਿੰਘਾਂ ਨੇ ਆਪਣੇ ਗੁਰੂ ਵਾਸਤੇ ਜਾਨਾਂ ਦਿੱਤੀਆਂ, ਗੁਰੂ ਨੂੰ ਆਂਚ ਨਹੀਂ ਆਣ ਦਿੱਤੀ, ਇਹਨਾਂ 'ਤੇ ਸਿੱਖਾਂ ਨੂੰ ਤਾਂ ਛੱਡ ਦਿਓ, ਇਹਨਾਂ 'ਤੇ ਗੁਰੂ ਹੀ ਸਿੱਖਾਂ ਦਾ ਰੋਲ ਕਰਾ ਦਿੱਤਾ, ਬੇਦਬੀ ਕਰਕੇ ਰੱਖ ਦਿੱਤੀ। ਇਸਦੇ ਨਾਲੋਂ ਬਹੁਤ 84 ਨਾਲੋਂ ਬਹੁਤ ਵੱਡਾ ਕਾਂਡ ਕਰ ਗਏ ਨੇ, 84 ਦਾ ਕਾਂਡ ਤਾਂ ਛੋਟਾ ਹੋ ਗਿਆ ਇਹਨਾਂ ਦੇ ਮੁਕਾਬਲੇ। ਭਾਜਪਾ ਵੱਲੋਂ ਸਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰਨ ਨੂੰ ਲੈ ਕੇ ਅਤੇ ਪੁਲਵਾਮਾ ਹਮਲੇ ਨੂੰ ਵੀ ਲੈ ਕੇ ਸਰਨਾ ਨੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ। ਦੇਖੋ ਜੀ, ਦੇਖੋ ਅਸੀਂ ਤਾਂ ਸਿੱਧਾ ਕਿਹਾ, ਜਿਹੜੀ ਪਾਰਟੀ ਇਹ ਕਹਿੰਦੀ ਹੈ ਗੱਲਾਂ ਦੇ ਵਿੱਚ ਕਿ ਅਸੀਂ ਹਿੰਦੂ ਦੀ ਹਿੰਦੂ ਸੰਸਕ੍ਰਿਤੀ ਦੇ ਮਾਲਕ ਹਾਂ, ਉਸ ਨੂੰ ਬਚਾਉਣ ਆਏ ਹਾਂ, ਅਤੇ ਪੰਜਾਬ ਦੇ ਵਿੱਚ ਉਹਨਾਂ ਨਾਲ ਖੜੀਏ ਜਿਹੜੇ ਕਿ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਸਿੱਖਾਂ ਨੂੰ ਧਰਮੀ ਪੁਰਸ਼ਾਂ ਨੂੰ ਜਿਹੜੀ ਨਿਫਤ ਨੂੰ ਕਰ ਰਹੀ ਹੈ, ਬੇਇੱਜ਼ਤੀ ਕਰ ਰਹੀ ਹੈ, ਉਹ ਕਦੇ ਹਿੰਦੂਆਂ ਦੀ ਰਕਸ਼ਕ ਪਾਰਟੀ ਹੋਏਗੀ। ਇਹਨਾਂ ਨੇ ਕੋਈ ਮੰਦਰ ਸੰਦਰ ਨਹੀਂ ਬਣਾਉਣਾ, BJP ਨੂੰ 10 ਸਾਲ ਵਾਸਤੇ ਬਾਹਰ ਕਰ ਦਿਓ, ਅਸੀਂ ਗਰੰਟੀ ਕਰਦੇ ਹਾਂ ਲੋ ਰਾਮ ਦਾ ਮੰਦਰ ਜਿੱਥੇ ਹੋਵੇ ਉੱਥੇ ਬਣਾ ਦਿਆਂਗੇ। ਬਿਊਰੋ ਰਿਪੋਰਟ,
ਲੁਧਿਆਣਾ ਵਿਊ।